ਸਾਰਿਆਂ ਨੂੰ ਪੀਐਲਐਮ ਦੇ ਸੰਬੰਧ ਵਿੱਚ ਸਾਨੂੰ ਕੱਲ ਦੀ ਮੀਟਿੰਗ ਦੇ ਵਿੱਚ ਦੱਸਿਆ ਗਿਆ ਸੀ ਕਿ 6ਵੀਂ ਕਲਾਸ ਵਾਲਾ ਜਿਹੜਾ ਹਫ਼ਤਾ ਆ ਉਹ 6ਵੀਂ ਕਲਾਸ ਦੇ ਵਾਸਤੇ ਇੱਕ ਪੀਐਲਐਮ ਤਿਆਰ ਕਰਨਾ ਹੈ। ਸੋ ਉਹਦੇ ਵਾਸਤੇ ਮੈਂ 6ਵੀਂ ਕਲਾਸ ਦਾ ਇੱਕ ਲੈਸਨ ਲਿਆ ਹੈ ਗਲੋਬ ਧਰਤੀ ਦਾ ਮਾਡਲ, ਉਹਦੇ ਵਿੱਚੋਂ ਇੱਕ ਪੀਐਲਐਮ ਤਿਆਰ ਕੀਤਾ ਗਿਆ। ਜਿਵੇਂ ਕਿ ਤੁਸੀਂ ਇਹਦੇ ਵਿੱਚ ਵੇਖ ਸਕਦੇ ਹੋ ਵੀ ਇਸ ਪੀਐਲਐਮ ਦਾ ਜਿਹੜਾ ਮੁੱਖ ਹੈਡਿੰਗ ਹੈਗਾ ਪ੍ਰਮੁੱਖ ਵਿਚਕਾਰ ਕਾਉਣਾ। ਸੋ ਇਸ ਪੀਐਲਐਮ ਦਾ ਜਿਹੜਾ ਮੇਨ ਐਮਫਸਾਈਜ਼ ਆ ਉਹ ਹੈਗਾ ਜਿਹੜੀਆਂ ਗਲੋਬ ਦੀਆਂ ਪ੍ਰਮੁੱਖ ਵਿਚਕਾਰ ਕਾਉਣਾ। ਜਿਵੇਂ ਕਿ ਸਾਰੇ ਭਲੀ ਭਾਂਤੀ ਜਾਣਦੇ ਆ ਵੀ ਗਲੋਬ ਧਰਤੀ ਦਾ ਮਾਡਲ ਆ ਜਿਸਦੇ ਰਾਹੀਂ ਅਸੀਂ ਇਸ ਧਰਤੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ, ਕਿਉਂਕਿ ਧਰਤੀ ਦਾ ਆਕਾਰ ਬਹੁਤ ਵੱਡਾ ਜਿਸ ਕਰਕੇ ਅਸੀਂ ਉਸਨੂੰ ਚੰਗੀ ਤਰ੍ਹਾਂ ਇੱਕ ਥਾਂ 'ਤੇ ਨਹੀਂ ਵੇਖ ਸਕਦੇ। ਇਸ ਕਰਕੇ ਵਿਗਿਆਨੀਆਂ ਦੁਆਰਾ ਜਿਹੜਾ ਗਲੋਬ ਆ ਉਹ ਤਿਆਰ ਕੀਤਾ ਗਿਆ। ਸੋ ਗਲੋਬ ਦੇ ਉੱਪਰ ਜਦੋਂ ਆਪਾਂ ਧਿਆਨ ਮਾਰਦੇ ਹਾਂ ਤਾਂ ਗਲੋਬ ਦੇ ਉੱਪਰ ਦੋ ਤਰ੍ਹਾਂ ਦੇ ਪਹਿਲਾਂ ਤਾਂ ਕਲਰ ਦਿਖਾਈ ਦਿੰਦੇ ਆ, ਸਕਾਈ ਬਲੂ ਅਤੇ ਬਰਾਊਨ ਜਿਹੜਾ ਕਿ ਪਾਣੀ ਅਤੇ ਧਰਤੀ ਦਾ ਪ੍ਰਤੀਕ ਹੈ। ਫਿਰ ਗਲੋਬ ਦੇ ਉੱਪਰ ਰੇਖਾਵਾਂ ਦਾ ਜਾਲ ਵਿਖਾਈ ਦਿੰਦਾ ਹੈ ਜਿਹਨੂੰ ਕਿ ਅਸੀਂ ਗ੍ਰਿਡ ਆਖਦੇ ਹਾਂ। ਇੱਕ ਰੇਖਾਵਾਂ ਬਿਲਕੁਲ ਇਸ ਤਰ੍ਹਾਂ ਪੂਰਬ ਤੋਂ ਪੱਛਮ ਵੱਲ ਹਨ ਜਿਹੜੀਆਂ ਕਿ ਅਕਸ਼ਾਂਸ਼ ਰੇਖਾਵਾਂ ਖਵਾਉਂਦੀਆਂ। ਫਿਰ ਕੁਝ ਰੇਖਾਵਾਂ ਉੱਤਰ ਤੋਂ ਦੱਖਣ ਵੱਲ ਹਨ ਜਿਹੜੀਆਂ ਕਿ ਦਿਸ਼ਾਂਤਰ ਰੇਖਾਵਾਂ ਖਵਾਉਂਦੀਆਂ। ਜਿਹੜੀਆਂ ਅਕਸ਼ਾਂਸ਼ ਰੇਖਾਵਾਂ ਆ ਪੂਰਬ ਤੋਂ ਪੱਛਮ ਦਿਸ਼ਾ ਵੱਲ ਖਿੱਚੀਆਂ ਜਾਂਦੀਆਂ, ਜਿਹਨਾਂ ਦੀ ਕੁੱਲ ਗਿਣਤੀ 180 ਹੈ। 90 ਜਿਹੜੀਆਂ ਰੇਖਾਵਾਂ ਆ ਉਹ ਉੱਤਰੀ ਧਰੁਵ ਉੱਤਰੀ ਭਾਗ ਦੇ ਵਿੱਚ ਰਹਿ ਜਾਂਦੀਆਂ ਅਤੇ 90 ਰੇਖਾਵਾਂ ਦੱਖਣੀ ਭਾਗ ਦੇ ਵਿੱਚ ਰਹਿ ਜਾਂਦੀਆਂ। ਇਹਦੇ ਵਿਚਕਾਰ ਬਿਲਕੁਲ ਇੱਕ ਬਰਾਬਰ ਰੇਖਾ ਲੰਘਦੀ ਜਿਹਨੂੰ ਅਸੀਂ ਭੂਮੱਧ ਰੇਖਾ ਕਹਿੰਦੇ ਹਾਂ, ਜਿਹੜੀ ਬਿਲਕੁਲ ਵੀ 0° ਦੇ ਉੱਪਰ ਹੈ। ਇਹ ਧਰਤੀ ਨੂੰ ਬਿਲਕੁਲ ਦੋ ਬਰਾਬਰ ਭਾਗਾਂ ਵਿੱਚ ਵੰਡ ਦਿੰਦੀ ਹੈ। ਹੁਣ ਆ ਜਿਹੜੀਆਂ ਕਿ ਮੈਂ ਟੀਐਲਐਮ ਦੇ ਉੱਪਰ ਤਿਆਰ ਕੀਤੀਆਂ ਇਹ ਹੈਗੀਆਂ ਨੇ ਪ੍ਰਮੁੱਖ ਵਿਚਕਾਰ ਰੇਖਾਵਾਂ। ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰੁਵਾਂ ਦੀ, ਉੱਪਰਲਾ ਜਿਹੜਾ ਗਲੋਬ ਦਾ ਸਿਰਾ ਆ ਆਪਾਂ ਨੂੰ ਸਾਨੂੰ ਪਤਾ ਵੀ 90° ਉੱਪਰ ਉੱਤਰ ਦੇ ਵਿੱਚ ਉੱਤਰੀ ਧਰੁਵ ਹੈ ਅਤੇ 90° ਦੱਖਣ ਦੇ ਵਿੱਚ ਦੱਖਣੀ ਧਰੁਵ ਹੈ। ਉਸ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਆਪਾਂ ਉੱਤਰੀ ਧਰੁਵ ਦੇ ਵਿੱਚ 65° ਦੇ ਉੱਪਰ ਅੰਟਾਰਕਟਿਕ ਗੋਲਾਕਾਰ ਹੈ। ਉਸ ਤੋਂ ਬਾਅਦ 23° ਦੇ ਉੱਪਰ ਕਰਕ ਰੇਖਾ ਦਿਖਾਈ ਦੇ ਰਹੀ ਹੈ ਅਤੇ ਆਹ ਜਿਹੜੀ ਭੂਮੱਧ ਰੇਖਾ ਜਿਹੜੀ ਕਿ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ। ਉਸ ਤੋਂ ਬਾਅਦ ਫਿਰ 23° 'ਤੇ ਮਕਰ ਰੇਖਾ ਅਤੇ ਉਸ ਤੋਂ ਬਾਅਦ 66° 'ਤੇ ਅੰਟਾਰਕਟਿਕ ਗੋਲਾਕਾਰ। ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਵਿਤਕਾਰਕਾਵਾਂ ਦੀ ਸਾਡੇ ਵਾਸਤੇ ਬਹੁਤ ਮਹੱਤਤਾ ਹੈ ਕਿਉਂਕਿ ਇਹ ਸਾਨੂੰ ਧਰਤੀ ਦਾ ਤਾਪਮਾਨ ਅਤੇ ਦੂਰੀ ਦਰਸਾਉਂਦੀਆਂ। ਹੁਣ ਜਦੋਂ ਅਸੀਂ ਭੂਮੱਧ ਰੇਖਾ ਤੋਂ 0° ਤੋਂ 10° ਉੱਪਰ ਅਤੇ 0° ਤੋਂ 10° ਥੱਲੇ ਜਾਂਦੇ ਹਾਂ ਤਾਂ ਇਹ ਬਿਲਕੁਲ ਗਰਮ ਇਲਾਕੇ ਹੈ। ਉਸ ਤੋਂ ਬਾਅਦ ਜੋ ਅਸੀਂ ਉੱਤਰੀ ਧਰੁਵਾਂ ਵਾਲੇ ਪਾਸੇ ਜਾਈ ਜਾਵਾਂਗੇ ਜਾਂ ਦੱਖਣੀ ਧਰੁਵ ਵਾਲੇ ਪਾਸੇ ਜਾਵਾਂਗੇ ਤਾਂ ਉੱਥੇ ਸਾਡੇ ਠੰਡੇ ਇਲਾਕੇ ਸ਼ੁਰੂ ਹੋ ਜਾਂਦੇ। ਇਸੇ ਤਰ੍ਹਾਂ ਜਦੋਂ ਆਪਾਂ ਦੂਰੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਹੈ ਕਿ 1° ਜਿਹੜੀ 111 ਕਿਲੋਮੀਟਰ ਦੇ ਬਰਾਬਰ ਦਰਸਾਈ ਜਾਂਦੀ ਹੈ। ਸੋ ਜੇ ਅਸੀਂ ਗਲੋਬ ਦੇ ਰਾਹੀਂ ਕਿਸੇ ਵੀ ਇਲਾਕੇ ਦੀ ਦੂਰੀ ਪਤਾ ਕਰਨੀ ਹੋਵੇ ਅਤੇ ਸਾਡੇ ਕੋਲ ਉਹਨਾਂ ਦੀ ਅਕਸ਼ਾਂਸ਼ ਸਥਿਤੀ ਹੈ ਤਾਂ ਅਸੀਂ ਬੜੀ ਆਸਾਨੀ ਦੇ ਨਾਲ ਜਿਹੜੀ ਆ ਇਹਨਾਂ ਦੀ ਦੂਰੀ ਅਤੇ ਤਾਪਮਾਨ ਜਿਹੜਾ ਹੈ ਉਹ ਪਤਾ ਕਰ ਸਕਦੇ ਹਾਂ। ਸੋ ਇਹ ਟੀਐਲਐਮ ਬੜਾ ਸੌਖਾ ਹੈ, ਇਹਦੇ ਵਾਸਤੇ ਕੋਈ ਏਡੀ ਔਖੀ ਨਹੀਂ ਹੈ, ਬੱਚੇ ਨੂੰ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਆ। ਇਹਦੇ ਵਿੱਚ ਵੇਖੋ ਵੀ ਇੱਕ ਗੱਤਾ ਆ ਉਹਦੇ ਉੱਪਰ ਆ ਕਟਿੰਗ ਲਾਈ ਗਈ ਹੈ ਗਲੋਬ ਦੀ ਅਤੇ ਆ ਜਿਹੜੀ ਸਾਈਕਲ ਦੀ ਟਿਊਬ ਆ ਜਿਹੜੀ ਆਮ ਮਿਲ ਜਾਂਦੀ ਆ ਆਪਾਂ ਨੂੰ ਉਹ ਕਟਿੰਗ ਕਰਕੇ ਉਹਦੀ ਜਿਹੜੀ ਆਪਾਂ ਆ ਜਿਹੜੀਆਂ ਉੱਪਰ ਲੇਅਰਸ ਬਣਾਈਆਂ ਆ ਅਤੇ ਉਹਨਾਂ ਦੇ ਉੱਪਰ ਆ ਫਿਰ ਪੇਸਟ ਕਰ ਦਿੱਤੀ ਉਹਨਾਂ ਦੇ ਸਪੀਕਰ ਅਤੇ ਆ ਨਾਲ ਆਈਸ ਵਾਲੇ ਜਿਹੜੇ ਪੀਲੇ ਮਿਲਦੇ ਉਹ ਲਾ ਦਿੰਦੇ ਆ। ਸੋ ਇਹ ਟੀਐਲਐਮ ਜਿਹੜੇ ਬੱਚੇ ਆ ਖਾਸ ਕਰਕੇ ਜਿਹੜੇ ਛੋਟੇ ਬੱਚੇ ਉਹ ਬੜੇ ਆਸਾਨੀ ਦੇ ਨਾਲ ਘਰ ਬੈਠਿਆ ਜਿਹੜਾ ਆ ਉਹਨੂੰ ਬਣਾ ਕੇ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਗਲੋਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਸੋ ਮੈਨੂੰ ਉਮੀਦ ਆ ਵੀ ਇਹ ਜਿੰਨੀ ਕੁ ਮੈਂ ਕੋਸ਼ਿਸ਼ ਕੀਤੀ ਹੈ ਇਹ ਬੱਚਿਆਂ ਨੂੰ ਜ਼ਰੂਰ ਫਾਇਦਾ ਪਹੁੰਚਾਊਗੀ। ਬਹੁਤ ਬਹੁਤ ਧੰਨਵਾਦ।